ਸਤਿ ਸ਼੍ਰੀ ਅਕਾਲ ਡਾਕਟਰ ਨਛੱਤਰ ਸਿੰਘ ਮੱਲੀ ਜੀ। ਸਤਿ ਸ਼੍ਰੀ ਅਕਾਲ ਸੰਗਾ ਸਾਹਿਬ, ਬੜਾ ਧੰਨਵਾਦ ਤੁਸੀਂ ਅੱਜ ਸਾਡੇ PAU ਦੇ ਫੰਕਸ਼ਨ 'ਤੇ ਇੱਥੇ ਸਿਡਨੀ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਆ। ਤੁਸੀਂ ਆਪਣੇ ਕੋਈ ਪਿਛਲੀਆਂ ਯਾਦਾਂ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ, ਜਾਂ ਤੁਸੀਂ ਆਪਣੇ ਜਿਹੜੇ ਜ਼ਿੰਦਗੀ 'ਚ ਜੋ ਤੁਹਾਡੇ ਖੇਤੀਬਾੜੀ ਬਾਰੇ ਤਜਰਬੇ ਆ, ਜਾਂ ਕੋਈ ਐਡਮਿਨਿਸਟ੍ਰੇਸ਼ਨ ਦੇ ਕੰਮ ਕੀਤੇ ਆ, ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਚਾਨਣਾ ਪਾਓ, ਤਾਂ ਕਿ ਸਾਰੇ ਆਪਣੇ ਜਿਹੜੇ PAU ਦੇ ਥਾਂ ਥਾਂ 'ਤੇ ਆਪਣੇ ਟਿਕੇ ਵਿਦਿਆਰਥੀ ਆ ਜਿਹੜੇ ਰਹੇ ਪੁਰਾਣੇ, ਜਾਂ ਤੁਹਾਡੇ ਸਾਥੀ ਆ, ਉਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਤੁਹਾਡੇ ਬਾਰੇ ਥੋੜ੍ਹਾ ਜਿਹਾ ਪਤਾ ਲੱਗ ਸਕੇ। ਚਲੋ, ਥੈਂਕ ਯੂ ਜੀ। ਸੰਗਾ ਸਾਹਿਬ, ਮੇਰੀ ਸਾਰੀ ਪੜ੍ਹਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਹੀ ਹੋਈ ਹੈ। ਮੈਂ 1967 ਦੇ ਵਿੱਚ BSc ਐਗਰੀਕਲਚਰ ਦੇ ਵਿੱਚ ਦਾਖਲਾ ਲਿਆ ਸੀ, ਅਤੇ ਉਸ ਤੋਂ ਬਾਅਦ 73 ਦੇ ਵਿੱਚ MSc ਪਲਾਂਟ ਬਿਲਡਿੰਗ ਕੀਤੀ, ਅਤੇ 78 ਦੇ ਵਿੱਚ PhD ਪਲਾਂਟ ਬਿਲਡਿੰਗ ਕੰਪਲੀਟ ਕੀਤੀ। ਉਸ ਤੋਂ ਬਾਅਦ ਮੇਰੀ ਸਾਰੀ ਸਰਵਿਸ ਤਕਰੀਬਨ PAU ਲੁਧਿਆਣਾ ਦੇ ਵਿੱਚ ਹੀ ਰਹੀ ਹੈ। ਪ੍ਰੋਫੈਸ਼ਨਲੀ ਮੈਂ ਮੇਜ਼ ਬਰੀਡਰ ਰਿਹਾ, ਮੱਕੀ ਦੀਆਂ ਵਰਾਇਟੀਜ਼ ਡਿਵੈਲਪ ਕੀਤੀਆਂ ਨੇ, ਟੈਕਨੋਲੋਜੀ ਜੋ ਹਾਇਰ ਪ੍ਰੋਡਕਸ਼ਨ ਮੱਕੀ ਦੀ ਕਿੱਦਾਂ ਆਪਾਂ ਲੈ ਸਕਦੇ ਹਾਂ, ਜੈਨੇਟਿਕ ਅਪਗ੍ਰੇਡੇਸ਼ਨ ਸਾਰਾ ਕੁਝ। ਅਤੇ ਮੈਂ ਯੂਨੀਵਰਸਿਟੀ ਦੇ ਵਿੱਚ ਐਜ਼ ਇੰਚਾਰਜ ਮੇਜ਼ ਸੈਕਸ਼ਨ ਰਿਹਾ, ਉਸ ਤੋਂ ਬਾਅਦ ਹੈੱਡ ਡਿਪਾਰਟਮੈਂਟ ਆਫ ਪਲਾਂਟ ਬਰੀਡਿੰਗ ਜੈਨੇਟਿਕਸ ਐਂਡ ਬਾਇਓਟੈਕਨੋਲੋਜੀ ਰਿਹਾ। ਨਾਲ ਮੇਰੇ ਕੋਲ ਫਿਰ ਡਾਇਰੈਕਟਰ ਸੀਟ ਦਾ ਚਾਰਜ ਰਿਹਾ ਤਕਰੀਬਨ 1 ਸਾਲ। ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ PAU ਲੁਧਿਆਣਾ, ਅਤੇ ਉਸ ਦੇ ਦੌਰਾਨ ਮੇਰੇ ਕੋਲ ਤਕਰੀਬਨ 4 ਮਹੀਨੇ ਡਾਇਰੈਕਟਰ ਰਿਸਰਚ ਦਾ ਚਾਰਜ ਵੀ ਰਿਹਾ। ਡਾਕਟਰ ਕੰਗ ਉਸ ਟਾਈਮ ਦੇ ਉੱਤੇ MS ਕੰਗ ਵਾਈਸ ਚਾਂਸਲਰ ਸੀਗੇ। PAU ਤੋਂ ਮੈਂ 2009 ਦੇ ਵਿੱਚ ਰਿਟਾਇਰ ਹੋਇਆ। ਬੜੀਆਂ ਯਾਦਾਂ PAU ਦੇ ਨਾਲ ਜੁੜੀਆਂ ਹੋਈਆਂ ਨੇ। ਮੇਰਾ ਖਿਆਲ ਹੈ ਕਿ ਇਹ PAU ਦੀ ਬਦੌਲਤ ਹੀ ਹੈ ਕਿ ਸਾਡਾ ਜਿਹੜਾ ਸਤਿਕਾਰ ਹੈ ਉਹ ਸਮਾਜ ਦੇ ਵਿੱਚ, ਸੂਬੇ ਦੇ ਵਿੱਚ ਅਤੇ ਦੁਨੀਆ ਦੇ ਵਿੱਚ ਹੋ ਰਿਹਾ। ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਐਜ਼ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਅੱਛਾ ਜੀ। ਉੱਥੇ ਮੈਂ ਇੱਕ ਟਨਿਓਰ ਜਿਹੜੀ ਆ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚ 3 ਸਾਲ ਦੀ ਹੁੰਦੀ ਹੈ, ਉਹ ਟਨਿਓਰ ਕੰਪਲੀਟ ਕੀਤੀ। ਔਰ ਉਹ ਇਨੀਸ਼ੀਅਲੀ ਉਹ ਯੂਨੀਵਰਸਿਟੀ ਅਜੇ ਸ਼ੁਰੂਆਤ ਸੀਗੀ, ਅਤੇ ਉਹਦੀ ਜਿਹੜੀ UGC ਦੀ ਅਪਰੂਵਲ ਹੈ ਉਹ ਮੇਰੇ ਸਮੇਂ ਦੇ ਦੌਰਾਨ ਹੋਈ ਆ। ਔਰ ਤਕਰੀਬਨ 4 ਕਾਲਜ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਕਾਲਜ ਆਫ ਐਗਰੀਕਲਚਰ ਸੀਗਾ, ਉਹ ਉੱਥੇ ਮੈਂ ਉਹਦੀ ਸ਼ੁਰੂਆਤ ਕੀਤੀ। ਔਰ ਮੇਰਾ ਖਿਆਲ ਹੈ ਕਿ ਇਹ ਪੰਜਾਬ ਦੇ ਵਿੱਚੋਂ ਪਹਿਲਾ ਕਾਲਜ ਹੈ ਐਗਰੀਕਲਚਰ ਦਾ ਜਿਹਦੀ ICR ਵੱਲੋਂ ਅਪਰੂਵਲ ਹੋਈ, ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਨਿਊ ਦਿੱਲੀ। ਠੀਕ ਹੈ। ਅਤੇ ਇਹਦੇ ਨਾਲ ਉਸ ਤੋਂ ਰਿਟਾਇਰ ਹੋ ਕੇ ਮੈਂ, ਜਾਂ ਉਹਦੇ ਦੌਰਾਨ ਹੀ ਇਹ ਕੰਮ ਕੀਤਾ, ਮੈਂ PAU ਤੋਂ ਰਿਟਾਇਰ ਹੋਣ ਤੋਂ ਬਾਅਦ ਐਗਰੀਕਲਚਰ ਐਡਵਾਈਜ਼ਰ ਟੂ ਸਰ ਰਤਨ ਟਾਟਾ ਟਰੱਸਟ। ਠੀਕ ਹੈ। ਜਿਹਦੇ ਨਾਲ ਜਿਹੜੀ ਪੂਰੇ ਦੇਸ਼ ਦੀ ਖੇਤੀਬਾੜੀ ਦੀ ਬਰੀਕੀ ਦੇ ਨਾਲ ਕੰਮ ਕਰਨ ਦਾ, ਦੇਖਣ ਦਾ ਮੌਕਾ ਮਿਲਿਆ ਮੈਨੂੰ। ਸਾਰੀਆਂ ਸਟੇਟਸ ਦੇ ਵਿੱਚ ਘੁੰਮਦੇ ਰਹੇ ਔਰ ਧਰਤੀ ਦੇ ਨਾਲ ਜੁੜੇ ਕਿਸਾਨਾਂ ਦੇ ਨਾਲ, ਮੇਰਾ ਖਿਆਲ ਹੈ ਕਿ ਜਿੰਨਾ ਵਾਹ ਵਾਸਤਾ ਇਸ ਪੀਰੀਅਡ ਦੇ ਵਿੱਚ ਪਿਆ ਔਰ ਜੋ ਤਜਰਬਾ ਇਹ ਮਿਲਿਆ ਮੈਨੂੰ, ਅਤੇ ਉਹਦਾ ਸਵਾਦ ਵੱਖਰਾ ਹੀ ਸੀ। ਉਸ ਤੋਂ ਬਾਅਦ ਮੈਂ ਇੱਕ NGO ਜੁਆਇਨ ਕੀਤੀ ਜਿਹਦਾ ਨਾਂ ਆਤਮ ਪ੍ਰਗਾਸ ਸੋਸ਼ਲ ਵੈਲਫੇਅਰ ਕੌਂਸਲ ਆ। ਠੀਕ ਹੈ ਜੀ। ਇਹ ਕੌਂਸਲ ਹੈ ਜਿਹੜੀ, ਕਿਉਂਕਿ ਜੋ ਆਪਾਂ ਝਾਤੀ ਮਾਰਦੇ ਹਾਂ ਸਮਾਜ ਦੇ ਵਿੱਚ ਕਿ ਨੈਤਿਕ ਗੁਣਾਂ ਦੇ ਵਿੱਚ ਬਹੁਤ ਗਿਰਾਵਟ ਸਮਾਜ ਦੇ ਵਿੱਚ ਵੱਖ ਵੱਖ ਕਾਰਨਰਸ ਵੱਲੋਂ ਮਹਿਸੂਸ ਕੀਤੀ ਜਾ ਰਹੀ ਹੈ, ਸੋ ਉਹਦੇ ਕੰਸਰਨ ਦੇ ਵਿੱਚ ਅਸੀਂ ਸਕੂਲਾਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਹਦੇ 'ਚ ਜਿਹੜੇ ਟੀਚਰਸ, ਪ੍ਰਿੰਸੀਪਲਸ, ਮੈਨੇਜਮੈਂਟਸ, ਉਹਨਾਂ ਦੇ ਸੈਮੀਨਾਰਸ ਲਾਏ, ਵਰਕਸ਼ਾਪਸ ਕੀਤੀਆਂ, ਜ਼ੋਨਲ ਵਰਕਸ਼ਾਪਸ ਕੀਤੀਆਂ, ਸਟੇਟ ਵਰਕਸ਼ਾਪਸ ਕੀਤੀਆਂ, ਅਸੀਂ ਇੰਟਰਨੈਸ਼ਨਲ ਵਰਕਸ਼ਾਪਸ ਵੀ 3-4 ਕਰ ਚੁੱਕੇ ਹਾਂ ਇਹਦੇ ਕੰਸਰਨ ਦੇ ਵਿੱਚ, ਜਿਹਦੇ ਵਿੱਚ ਅਸੀਂ ਪ੍ਰਿੰਸੀਪਲਸ ਅਤੇ ਮੈਨੇਜਮੈਂਟਸ ਨੂੰ ਇਨਵੋਲਵ ਕਰਦੇ ਹਾਂ ਕਿ ਬੱਚਿਆਂ ਨੂੰ ਨੈਤਿਕ ਗੁਣਾਂ ਦੇ ਨਾਲ ਜੋੜਨ ਲਈ ਬਹੁਤ ਵੱਡਾ ਉਪਰਾਲਾ ਕਰਨ ਦੀ ਲੋੜ ਆ।
ये साडा मीडियम की है, असी किताबा लिखिया ने तकरीबन 2 दर्जन किताबा जिहड़ियां कि पंजाबी दे तौर ते आर्ट्स ड्राइंग जां जिहड़ियां मोरल एजुकेशन दे तौर दे उत्ते स्कूलों दे विच लाईआं जांदियां ने। और मैं मैनू दस के खुशी हो रही है कि ये साडियां किताबा सिर्फ पंजाब दे विच ही नहीं, पूरे कंट्री दे विच, भारत दे विच ही नहीं, इंटरनेशनल लैवल दे उत्ते भी कुछ स्कूलों दे विच ये किताबा लगियां होईआं ने। और लगातार साडा ये काम चलता रहिंदा है। और इस समय के दौरान जो किसानों का एजिटेशन होया संघा साहब, दिल दे विच दर्द उठिया, बड़े किसान साढ़े शहीद होए उहदे विच। असी देखिया कि साढ़े किसान लीडर ते बॉर्डर ते उत्ते बिजी ने, तो क्यों ना इदां दा उपराला किया जाए कि जिहड़े किसान शहीद हो गए उन्हां दीआं फैमिलीज की देखभाल की जाए। तो असी ये उपराला शुरुआत की, पहले तो बड़ा ये लगा कि यह किदां संभव हो सकेगा भी जिहड़ा काम गौरमेंट्स का आ, गौरमेंट्स भी पिछे भज जांदियां कई वारी, असी वो काम हैड ऑन लैके किया। और पूरे वर्ल्ड दे विचों NRIs ने सानू इन्ना सहयोग दिता कि सानू कोई पैसे की कमी ये नहीं आई। एक सपोर्ट फार्मर पोर्टल जिहड़ा अपनी वैबसाइट आत्म प्रकाश की वैबसाइट के उत्ते खड़ा किया, ठीक है, और वो उत्ते उन्होंने जो NRIs ने डोनेशनस भेजिया, असी ट्रांसपेरेंट तरीके दे नाल वो डोनेशनस किसान परिवारों नूं दित्तियां। असी ये पैसा दे के साडा काम खत्म नहीं हुंदा, असी उन्हां परिवारों नूं पैरां दे उत्ते खड़े करन लई पूरा यतन करदे हां कि तुसीं की काम कर सकते हो, उहदे मुताबक असी उन्हां नूं सपोर्ट करदे हां। और खास तौर दे उत्ते बच्चों की एजुकेशन, ठीक है, असी ये वड्डे पद्धर दे उत्ते सारा दस्या होया कि जो एजुकेशन इन्हां परिवारों के बच्चों नूं लोड़ींदी है असी उहदे विच पूरी सपोर्ट करांगे। इदां दा प्रोग्राम साडा निरंतर जारी है। और PAU दे विच क्योंकि साडी खास अटैचमेंट आ, ठीक है जी, पिछे जे पता लगा कि एक लड़की ने सुइसाइड कर लिया, एक स्टूडेंट सी PAU दी, कुछ उहदियां सोशल प्रॉब्लम सी, ते असी ए मेरे नाल डॉक्टर वरिंदरपाल सिंह जिहड़े कि चेयरमैन ने इस NGO दे, असी उपराला कीता, कमेटी बनाई कि जे भी कोई भी सोशल प्रॉब्लम किदां दी किसे स्टूडेंट दे विच आ, कित फैकल्टी दे विच आ, तो वो एक कमेटी के सामने वो दसे, क्योंकि सानू बड़ा दुख होया जो बच्चे ने सुइसाइड कर लिया। सो इदा के उपराले जोड़े वो साढ़े चल रहे हैं। डॉक्टर साहब, मैं हम पूछना चाहना कि अपने जिदा अगे अपनी यूनिवर्सिटी के काफ़ी खड़ोती जी आ गई है, मतलब बड़ा क्रिटिसिज्म हो रहा भी गौरमेंट ने 1 साल तो उपर हो गया, वाइस चांसलर नहीं कोई लाया परमानेंट तौर पर, तो जोड़ा खेतीबाड़ी के डिवर्सीफिकेशन वाला वो जोड़ा है काम वह भी बहुता नहीं हो रहा, तो तुम कि सोचते हो कि जो हम खेतीबाड़ी का अगले 10 साल 15 साल च अपने पंजाब की खेती किधर नूं जाऊगी? संघा साहब, तुम ठीक दस्या है कि तीजा मुख्यमंत्री एट प्रेजेंट इन पोजिशन है।